ਬਠਿੰਡਾ ਵਿਖੇ ਭਾਰਤੀ ਕਿਸਾਨ ਏਕਤਾ ਆਗੂਆਂ ਵੱਲੋਂ ਕਿਸਾਨਾਂ ਦੀ ਮੰਗ ਨੂੰ ਲੈ ਕੇ ਰੋਡ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾ ਅੱਜ ਤੀਸਰੇ ਦਿਨ ਜਾਰੀ ਰਿਹਾ, ਜਿੱਥੇ ਕਿਸਾਨਾਂ ਨੇ ਇੱਕ ਮੰਗ ਪੱਤਰ ਦੇ ਕੇ ਧਰਨਾ ਖਤਮ ਕਰਨ ਦੀ ਗੱਲ ਕਹੀ ਅਤੇ ਕੈਪਟਨ ਸਰਕਾਰ ਤੇ ਜੰਮ ਕੇ ਆਪਣੀ ਭੜਾਸ ਕੱਢੀ। ਅਗਲਾ ਸਟੈਪ ਦਾ ਜੋ ਸਾਨੂੰ ਸਾਡੀ ਸੂਬਾ ਕਮੇਟੀ ਦਾ ਸੱਦਾ ਆਊ ਅਸੀਂ ਉਸ ਮੁਤਾਬਕ ਕਰਾਂਗੇ। ਅੱਜ ਮੰਗ ਪੱਤਰ ਦੇ ਕੇ ਅਤੇ ਸਮਾਪਤ ਕਰ ਦੇਣਾ, ਕਿਉਂਕਿ ਤਿੰਨ ਰੋਜ਼ ਸਾਡੇ ਧਰਨੇ ਸੀਗੇ ਸੂਬਾ ਕਮੇਟੀ ਦੇ ਸੱਦੇ 'ਤੇ, ਤੀਜਾ ਦਿਨ ਅਜੇ ਹੋ ਗਿਆ, ਅੱਜ ਸਮਾਪਤੀ ਵਾਲਾ ਦੇਣਾ ਸਾਡਾ। ਅਸੀਂ ਸਮਾਪਤੀ ਕਰਕੇ ਦੇ ਦੂਗਾ, ਜੋ ਸੂਬਾ ਕਮੇਟੀ ਦੀ ਮੀਟਿੰਗ ਹੋਊਗੀ, ਮੀਟਿੰਗ ਦੇ ਵਿੱਚ ਜਿਹੜਾ ਐਲਾਨ ਹੋਣਾ ਅਸੀਂ ਉਹਦੇ ਮੁਤਾਬਕ ਉਹ ਕਰਾਂਗੇ। ਇਹ ਸਾਡੀਆਂ ਮੰਗਾਂ 'ਚ ਪਹਿਲੀ ਮੰਗ ਤਾਂ ਪਰਾਲੀ ਵਾਲੀ ਹੈ, ਕਿਉਂਕਿ ਸਰਕਾਰ ਦੀ ਪਾਲਿਸੀ ਨੀਤੀ ਦੇ ਮੁਤਾਬਕ ਅਸਲ ਕਿਸਾਨਾਂ ਤੋਂ ਜ਼ਮੀਨ ਖੋਣਾ ਚਾਹੁੰਦੀ ਹੈ, ਰੌਲਾ ਇੱਥੇ ਹੈ। ਪਰਾਲੀ ਦਾ ਮਸਲਾ ਹੱਲ ਹੋ ਸਕਦਾ, ਪਰਾਲੀ ਦਾ ਜਿਹੜਾ ਹੈਗਾ ਨਾ ਸਾੜਨ, ਕਿਸਾਨ ਉਹਨਾਂ ਨੂੰ 200 ਰੁਪਈਆ ਕੁਇੰਟਲ ਮਾਜਵਾ ਦੇ ਦੇਣ, ਕਿਸਾਨ ਆਪੇ ਵਿੱਚ ਵਾਹ ਦੇਣਗੇ, ਜਾਂ ਉਹਦਾ ਕੋਈ ਹੋਰ ਹੱਲ ਕੀਤਾ ਜਾ ਸਕਦਾ, ਥਰਮਲ ਚਲਾਏ ਜਾ ਸਕਦੇ ਆ, ਪਰ ਇਹ ਸਰਕਾਰ ਕਰ ਨਹੀਂ ਰਹੀ। ਇਸ ਕਰਕੇ ਹੌਲੀ ਹੌਲੀ ਲਿਆ ਕੇ ਗੱਲਾਂ ਵੀ ਝੋਨਾ ਨਾਲ ਖਰੀਦੋ, ਕਣਕ ਨਾਲ ਖਰੀਦੋ, ਅਤੇ ਨਾਲ ਇਹ ਪਰਾਲੀ ਜਿਹੜੇ ਪਰਚੇ ਪਾ ਦਿਓ, ਕੰਬਾਈਨਾਂ ਬੰਦ ਕਰ ਦਿਓ, ਕੰਬਾਈਨਾਂ ਨੂੰ ਜਬਰੀ ਥਾਣਿਆਂ 'ਚ ਬੰਦ ਕਰ ਦਿਓ। ਹੌਲੀ ਹੌਲੀ ਕਿਸਾਨ ਦਾ ਗਲ ਘੁੱਟਣ ਲੱਗੇ ਹੋਏ ਨੇ, ਇਸ ਕਰਕੇ ਵੀ ਜ਼ਮੀਨ ਜਬਰੀ ਖੋਣੀ ਹੈ। ਕਿਸੇ ਪਾਲਿਸੀ ਦੇ ਮੁਤਾਬਕ ਅਸਲ ਨੀਤੀ ਉਹ ਹੈ ਸਰਕਾਰ ਦੀ, ਨਾ ਕਿ ਪਰਾਲੀ ਦਾ ਵੀ ਹੱਲ ਹੋ ਸਕਦਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਾਰੇ ਵਾਅਦੇ ਝੂਠੇ ਨਿਕਲੇ, ਪੰਜਾਬ ਵਿੱਚ ਕਿਸਾਨਾਂ ਦਾ ਕਰਜ਼ਾ ਹੁਣ ਤੱਕ ਮਾਫ਼ ਨਹੀਂ ਕੀਤਾ ਗਿਆ, ਪਰਾਲੀ ਸਾੜਨ ਵਾਲਿਆਂ ਤੇ ਜੋ ਮੁਕੱਦਮੇ ਦਰਜ ਕੀਤੇ ਗਏ ਸਨ ਉਹ ਵੀ ਹਾਲੇ ਤੱਕ ਰੱਦ ਨਹੀਂ ਕੀਤੇ ਗਏ। ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਸੀ ਉਹਨਾਂ ਦੀ ਫਸਲ ਖਰਾਬ ਹੋ ਰਹੀ ਹੈ, ਪਰ ਕੈਪਟਨ ਸਰਕਾਰ ਦੇ ਕੰਨਾਂ ਤੋਂ ਜੂ ਨਹੀਂ ਸਰਕ ਰਹੀ। ਹੁਣ ਗੋਡੇ ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ। ਮੈਂ ਰਾਜੇਸ਼ ਪੁਰੀ, ਪਿਛਲੇ 2-3 ਸਾਲਾਂ ਤੋਂ ਮੇਰੇ ਗੋਡਿਆਂ 'ਚ ਮੈਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਸੀ। ਇੱਕ ਸਾਡਾ ਆਫਿਸ ਵੀ 2nd ਫਲੋਰ 'ਤੇ ਹੈ, 2 ਮੰਜ਼ਿਲ 'ਤੇ, ਅਤੇ ਚੜ੍ਹਨਾ ਉਤਰਨਾ ਮੇਰੇ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਸੈਰ ਕਰਨ ਜਾਣਾ, ਮੈਂ ਤਾਂ ਸੈਰ ਕਰਨ ਤੋਂ ਵੀ ਗਿਆ। ਫਿਰ ਮੇਰੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਇਸ ਬਾਰੇ ਦੱਸਿਆ, ਯਾਨੀ ਕਿ ਫੇਅਰ ਲੀਵ ਬਾਰੇ। ਤੁਸੀਂ ਯਕੀਨ ਮੰਨਿਓ, ਮੈਂ ਪਿਛਲੇ 2-3 ਮਹੀਨਿਆਂ ਤੋਂ ਇਹਦਾ ਇਸਤੇਮਾਲ ਕਰ ਰਿਹਾ, ਅਤੇ ਲਗਭਗ 70-80% ਮੇਰਾ ਗੋਡਿਆਂ ਦਾ ਦਰਦ ਬਿਲਕੁਲ ਸਮਾਪਤ ਹੋ ਗਿਆ ਜੀ। ਅਤੇ ਮੈਨੂੰ ਯਕੀਨ ਹੈ ਕਿ ਮੈਂ ਜੇ ਕੁਛ ਮਹੀਨੇ ਇਹਦਾ ਹੋਰ ਇਸਤੇਮਾਲ ਕਰਿਆ ਤਾਂ ਮੇਰਾ ਇਹ ਦਰਦ ਪ੍ਰੋਪਰਲੀ ਬਿਲਕੁਲ 100% ਹੀ ਠੀਕ ਹੋ ਜਾਏਗਾ।